ਤੁਹਾਡੇ ਨਾਲ ਅੱਜ ਜਿਹੜੀ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਉਸ ਦਾ ਉਦੇਸ਼ ਪੰਜਾਬੀ ਵਰਨਮਾਲਾ ਲੋਕਾਂ ਨੂੰ ਯਾਦ ਰੱਖਣ ਦਾ ਇੱਕ ਆਸਾਨ ਤਰੀਕਾ ਦੱਸਣ ਜਾ ਰਿਹਾ ਹਾਂ। ਇਸ ਦੇ ਲਈ ਮੇਰੇ ਵੱਲੋਂ ਇੱਕ ਸਤਰ ਤਿਆਰ ਕੀਤੀ ਗਈ ਹੈ, ਉੱਤਰ ਕਿਸ ਦਾ ਚਾਹੀਦਾ ਟੈਂ ਤੋਂ ਪੁੱਛਦਾ ਯਾਰਾ। ਜੇਕਰ ਅਸੀਂ ਇਹ ਲਾਈਨ ਯਾਦ ਕਰ ਲੈਂਦੇ ਹਾਂ ਤਾਂ ਸਾਨੂੰ ਪੰਜਾਬੀ ਦੀ ਵਰਨਮਾਲਾ ਆਸਾਨੀ ਨਾਲ ਯਾਦ ਰਹਿ ਜਾਵੇਗੀ। ਉੱਤਰ ਦਾ ਪਹਿਲਾ ਅੱਖਰ ਊ ਹੈ। ਜੇਕਰ ਸਾਨੂੰ ਊ ਯਾਦ ਹੈ ਤਾਂ ਅਸੀਂ ਆਸਾਨੀ ਨਾਲ ਵਰਨਮਾਲਾ ਦੀ ਪਹਿਲੀ ਲਾਈਨ ਬੋਲ ਸਕਦੇ ਹਾਂ, ਊ ਅ ਈ ਸ ਹ। ਕਿਸ ਦਾ ਮਤਲਬ ਕ ਖ ਗ ਕ ਅੰਗਾ। ਚਾਹੀਦਾ ਤੋਂ ਚ ਛ ਜ ਚ ਔਆ। ਟੈਂ ਤੋਂ ਟ ਠ ਡ ਟ ਣ। ਤ ਤੋਂ ਤ ਥ ਦ ਤ ਨ। ਪੁੱਛਦਾ ਤੋਂ ਪ ਫ ਬ ਮ। ਯ ਤੋਂ ਯ ਰ ਲ ਵੜ। ਇਸਦੇ ਵਿੱਚ ਊ ਆ ਈ ਸ ਹ ਇਹ ਇਸ ਤਰ੍ਹਾਂ ਕਿਉਂ ਬੋਲਿਆ ਜਾ ਰਿਹਾ ਹੈ? ਤਾਂ ਜੋ ਇਹ ਵਰਨਮਾਲੇ ਦੇ ਅੱਖਰ ਆਪਣੀ ਸਵਰ ਅਤੇ ਵਿਅੰਜਨ ਦੀ ਜਿਹੜੀ ਹੈ ਪਹਿਚਾਣ ਵੱਖਰੇ ਤੌਰ 'ਤੇ ਕਾਇਮ ਰੱਖ ਸਕਣ। ਧੰਨਵਾਦ।